ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਹਿਸਾਬ ਕਿਤਾਬ ਕੀਤਾ ਜਾਵੇਗਾ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਪੰਜਾਬ ਕਨਵੀਨਰ ਹਿੰਮਤ ਸਿੰਘ ਸ਼ੇਰਗਿੱਲ ਦਾ। ਸ਼ੇਰਗਿੱਲ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਦੇ ਸਾਰੇ ਕਾਰੋਬਾਰਾਂ ਦਾ ਲੇਖਾ ਜੋਖਾ ਕੀਤਾ ਜਾਵੇਗਾ, ਜਿੰਨੇ ਵੀ ਭ੍ਰਿਸ਼ਟਾਚਾਰੀ ਨੇ ਉਹਨਾਂ ਸਾਰਿਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੈਨੀਫੈਸਟੋ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਚਲਦੇ ਆਮ ਆਦਮੀ ਪਾਰਟੀ ਦੇ ਲੀਡਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਹਰ ਇੱਕ ਵਰਗ ਦੇ ਲੋਕਾਂ ਦੇ ਨਾਲ ਮਿਲ ਰਹੇ ਨੇ, ਤਾਂ ਕਿ ਹਰ ਇੱਕ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣ ਕੇ ਉਹਨਾਂ ਨੂੰ ਮੈਨੀਫੈਸਟੋ ਦੇ ਵਿੱਚ ਥਾਂ ਦਿੱਤੀ ਜਾ ਸਕੇ। ਇਸੇ ਕੜੀ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਕਨਵੀਨਰ ਹਿੰਮਤ ਸਿੰਘ ਸ਼ੇਰਗਿੱਲ ਸੰਗਰੂਰ ਦੇ ਬਾਰ ਰੂਮ ਦੇ ਵਕੀਲਾਂ ਦੇ ਰੂਬਰੂ ਹੋਏ। ਇਸ ਮੌਕੇ ਉਹਨਾਂ ਨੇ ਨਾ ਸਿਰਫ ਵਕੀਲਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਬਲਕਿ ਉਹਨਾਂ ਤੋਂ ਮੈਨੀਫੈਸਟੋ ਦੇ ਲਈ ਸੁਝਾਅ ਵੀ ਲਏ। ਇਸ ਤੋਂ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹਿੰਮਤ ਸਿੰਘ ਸ਼ੇਰਗਿੱਲ ਨੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਤੋੜੇ ਗਏ ਪਿਆਉ ਨੂੰ ਲੈ ਕੇ MCD ਉੱਤੇ ਕਾਬਜ ਭਾਜਪਾ ਪਾਰਟੀ ਨੂੰ ਹੀ ਜ਼ਿੰਮੇਵਾਰ ਦੱਸਿਆ। ਬਿਲਕੁਲ ਝੂਠੀ ਗੱਲ ਹੈ ਜੀ, ਬਿਲਕੁਲ ਦਿਸ ਇਜ਼ ਅ ਬੰਡਲ ਆਫ ਲਾਈਸ। ਇਹ ਹੁਣ ਝੂਠ ਬਿਲਕੁਲ ਬੋਲ ਰਹੇ ਆ। MCD ਨੇ ਕਰਵਾਇਆ ਹੈ, MCD ਇਜ਼ ਅੰਡਰ ਉਹਦਾ ਜਿਹੜੇ MCD ਦੇ ਵਿੱਚ ਇਸ ਵੇਲੇ BJP ਦੀ ਮੈਜੋਰਿਟੀ ਹੈਗੀ। ਪੰਜਾਬ ਦੀ ਸਿਆਸਤ ਉੱਤੇ ਬੋਲਦੇ ਹੋਏ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਆਉਣ ਤੇ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਜਾਵੇਗਾ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਬਾਦਲ ਪਰਿਵਾਰ ਉੱਤੇ ਸਿਆਸਤ ਵਿੱਚ ਆਉਣ ਤੋਂ ਬਾਅਦ ਵੱਡੇ ਵੱਡੇ ਹੋਟਲ, ਟਰਾਂਸਪੋਰਟ ਅਤੇ ਹਵਾਈ ਜਹਾਜ਼ ਕੰਪਨੀਆਂ ਤੇ ਚੈਨਲ ਖੁੱਲ੍ਹਣ ਦੇ ਇਲਜ਼ਾਮ ਲਗਾਏ। ਉਹਨਾਂ ਕਿਹਾ ਹੈ ਕਿ ਇਸ ਦਾ ਵੀ ਪੂਰਾ ਲੇਖਾ ਜੋਖਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੀਤਾ ਜਾਵੇਗਾ। ਇਸੇ ਕਰਕੇ ਜਦੋਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣੂਗੀ, ਆਮ ਆਦਮੀ ਸਰਕਾਰ ਬਣੂਗੀ, ਪੁਲਿਸ ਵਿਲ ਬੀ ਅੰਡਰ ਕੰਟਰੋਲ ਆਫ ਆਮ ਆਦਮੀ ਪਾਰਟੀ ਗਵਰਨਮੈਂਟ, ਉਦੋਂ ਇਹ ਪਹਿਲ 'ਤੇ ਅਸੀਂ ਰੈੱਡ ਬੁੱਕ ਲਾਈ ਹੋਈ ਹੈ। ਜਿੰਨੇ ਵੀ ਕਰਪਟ ਪੋਲੀਟੀਸ਼ੀਅਨ ਹੈਗੇ ਆ ਸਾਰਿਆਂ ਦਾ ਅਸੀਂ ਐਵੀਡੈਂਸ ਵੀ ਇਕੱਠਾ ਕਰ ਰਹੇ ਹਾਂ। ਇਹਨਾਂ ਨੂੰ ਸਖ਼ਤ ਤੋਂ ਸਖ਼ਤ ਇਹਨਾਂ ਦੇ ਖਿਲਾਫ਼ ਕਾਰਵਾਈ ਹੋਊਗੀ, ਇਹਨਾਂ ਨੂੰ ਜੇਲ੍ਹਾਂ 'ਚ ਪਾਇਆ ਜਾਊਗਾ ਜਿੰਨੇ ਕਰਪਟ ਪੋਲੀਟੀਸ਼ੀਅਨ ਨੇ, ਕਿਉਂਕਿ ਆਮ ਆਦਮੀ ਪਾਰਟੀ ਕਰਪਸ਼ਨ ਦੇ ਖਿਲਾਫ ਅੰਦੋਲਨ 'ਚੋਂ ਜੰਮੀ ਪਾਰਟੀ ਆ ਅਤੇ ਬਿਲਕੁਲ ਕਰਪਸ਼ਨ ਖਤਮ ਕਰਨੀ ਹੈਗੀ। ਦੇਖੋ ਜੀ, ਪ੍ਰਕਾਸ਼ ਸਿੰਘ ਬਾਦਲ ਸਾਰਾ ਜਦੋਂ ਤੋਂ ਇਹ ਪੋਲੀਟਿਕਸ 'ਚ ਆਏ ਆ ਅਤੇ ਅੱਜ ਤੱਕ ਸਾਰਾ ਹਿਸਾਬ ਕਿਤਾਬ ਕੀਤਾ ਜਾਊਗਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਪੋਲੀਟਿਕਸ 'ਚ ਆਏ ਸੀ ਉਦੋਂ ਇਹਨਾਂ ਦੇ ਕੋਲ ਇੱਕ ਢਾਬਾ ਵੀ ਨਹੀਂ ਸੀ, ਜ਼ਿਮੀਦਾਰ ਸੀ, ਪਰ ਜ਼ਿਮੀਦਾਰ ਕਦੀ 5-star ਹੋਟਲ ਨਹੀਂ ਬਣਾ ਸਕਦਾ। ਮੈਂ ਬਹੁਤ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ, ਬਤੌਰ ਵਕੀਲ ਮੈਂ ਇਹਨਾਂ ਦੀ ਸਾਰੀਆਂ, ਇਹਨਾਂ 'ਤੇ ਮੈਂ PIL ਵੀ ਪਾਈ ਸੀ, ਸੁਖਬੀਰ ਬਾਦਲ ਮੰਨਦਾ ਨਹੀਂ ਸੀ ਮੈਨੂੰ PTC ਚੈਨਲ ਉਹਨਾਂ ਦਾ, ਪਰ ਬਾਅਦ ਦੇ ਵਿੱਚ ਔਰਬਿਟ ਰਿਜ਼ੋਰਟਸ ਕੰਪਨੀ 99% ਸਬਸਿਡਰੀ ਗੁਰਬਾਜ਼ ਮੀਡੀਆ, 99% ਸਬਸਿਡੀ ਜੀਨੈਕਸਟ ਅਤੇ ਜੀਨੈਕਸਟ ਦਾ PTC ਚੈਨਲ। ਇਸੇ ਤਰ੍ਹਾਂ ਔਰਬਿਟ ਰਿਜ਼ੋਰਟਸ ਕੰਪਨੀ ਜਿਹਦੇ ਮੈਜੋਰਟੀ ਸ਼ੇਅਰ ਹੋਲਡਰ ਸੁਖਬੀਰ ਸਿੰਘ ਬਾਦਲ ਨੇ, ਉਹਦੇ ਇਸ ਵੇਲੇ 2-2 5-star ਹੋਟਲ ਨੇ। ਹੁਣ ਤੁਹਾਡਾ ਨਹੀਂ 5-star ਹੋਟਲ ਬਣ ਗਿਆ, ਇਹਨਾਂ ਦਾ ਨਹੀਂ ਬਣ ਗਿਆ, ਇਹ ਪੋਲੀਟਿਕਸ ਆਉਂਦੇ ਇਹਨਾਂ ਦੇ 2-2 5-star ਹੋਟਲ ਬਣ ਜਾਂਦੇ ਆ। ਇਹਨਾਂ ਦੀਆਂ ਅੱਜ ਹਜ਼ਾਰਾਂ ਬੱਸਾਂ ਨੇ, ਇਹ ਬੇਨਾਮੀ ਪ੍ਰਾਪਰਟੀ ਦੀ ਮੈਂ ਗੱਲ ਕਰਦਾ, ਨਾਮੀ ਦੀ ਗੱਲ ਕਰਦਾ। ਅੱਜ ਦੀ ਤਰੀਕ 'ਚ ਇਹਨਾਂ ਦਾ PTC ਚੈਨਲ ਇਹਨਾਂ ਦਾ ਹੈ, ਅੱਜ ਦੀ ਤਰੀਕ 'ਚ ਇੱਕ ਔਰਬਿਟ ਰਿਜ਼ੋਰਟਸ ਕੰਪਨੀ ਦੀ ਗਾਂ ਇੱਕ ਸਬਸਿਡਰੀ ਕੰਪਨੀ ਆ, ਔਰਬਿਟ ਏਵੀਏਸ਼ਨ ਕੰਪਨੀ ਜਿਹਨੇ ਕਈ 100 ਕਰੋੜ ਦੇ ਹਵਾਈ ਜਹਾਜ਼ ਖਰੀਦੇ ਹੋਏ ਆ, ਉਸ ਔਰਬਿਟ ਏਵੀਏਸ਼ਨ ਕੰਪਨੀ ਦਾ ਜਿਹੜਾ ਡਾਇਰੈਕਟਰ ਆ ਉਹ ਹੈਗਾ ਗੁਰਮੇਹਰ ਮਜੀਠੀਆ। ਗੁਰਮੇਹਰ ਮਜੀਠੀਆ ਇਜ਼ ਰੀਅਲ ਬ੍ਰਦਰ ਆਫ ਵਿਕਰਮ ਮਜੀਠੀਆ ਐਂਡ ਹਰਸਿਮਰਤ ਬਾਦਲ। ਸੋ ਇਹ ਕਿਵੇਂ ਹਵਾਈ ਜਹਾਜ਼ਾਂ ਦੀਆਂ ਕੰਪਨੀਆਂ ਖੜੀਆਂ ਹੋ ਗਈਆਂ, ਕਿਵੇਂ 5-star ਹੋਟਲ ਬਣ ਗਏ, ਕਿਵੇਂ ਬੱਸਾਂ ਬਣ ਗਈਆਂ, ਕਿਵੇਂ PTC ਚੈਨਲ ਬਣ ਗਏ, ਕੱਲੀ ਕੱਲੀ ਚੀਜ਼ ਦਾ ਇੱਥੇ ਲੇਖਾ ਜੋਖਾ ਹੋਊਗਾ। ਫਿਲਹਾਲ ਆਮ ਆਦਮੀ ਪਾਰਟੀ ਦੀ ਚੋਣਾਂ ਨੂੰ ਲੈ ਕੇ ਤਿਆਰੀ ਜਾਰੀ ਹੈ, ਪਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਜਨਤਾ ਇਸ ਪਾਰਟੀ ਨੂੰ ਕਿੰਨਾ ਕੁ ਸਮਰਥਨ ਦਿੰਦੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।